ਅਸੀਂ ਸਾਡਾ ਜਿਹੜਾ ਅੱਜ ਇੱਥੇ ਇਕੱਠੇ ਹੋਣ ਦਾ ਇਹ ਮਕਸਦ ਹੈ ਕਿ ਅਸੀਂ ਮੀਡੀਆ ਰਾਹੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਮੁੱਚੇ ਮੋਗਾ ਹਲਕੇ ਦੀਆਂ ਜਿਹੜੀਆਂ ਪੰਚਾਇਤਾਂ ਨੇ ਸਰਪੰਚ ਨੇ ਹੋਰ ਵੀ ਅਹੁਦੇਦਾਰ ਸਹਿਮਾਨ ਨੇ ਉਹ ਸਾਰੇ ਇੱਕਜੁੱਟ ਨੇ ਔਰ ਡਟ ਕੇ ਡਾਕਟਰ ਹਰਜੋਤ ਕਮਲ ਦੇ ਹੱਕ ਵਿੱਚ ਖੜੇ ਨੇ। ਸਾਨੂੰ ਡਾਕਟਰ ਹਰਜੋਤ ਕਮਲ ਤੋਂ ਬਿਨਾਂ ਕੋਈ ਵੀ ਕੈਂਡੀਡੇਟ ਮੋਗੇ ਹਲਕੇ ਲਈ ਮਨਜ਼ੂਰ ਨਹੀਂ, ਚਾਹੇ ਇਸ ਦੇ ਲਈ ਸਾਨੂੰ ਜਿਹੜਾ ਕੋਈ ਮਰਜ਼ੀ ਸੰਘਰਸ਼ ਕਰਨਾ ਪਵੇ। ਅਸੀਂ MLA ਸਾਹਿਬ ਦੇ ਨਾਲ ਜਿੱਥੇ ਸਾਨੂੰ MLA ਸਾਹਿਬ ਹੁਕਮ ਕਰਨਗੇ ਅਸੀਂ ਤਣੋ ਮਣੋ ਧਣੋ ਉਹਨਾਂ ਦੇ ਨਾਲ। ਸਰਪੰਚ ਸਾਹਿਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 28 ਸਰਪੰਚਾਂ ਵਾਲੀ, ਉਸ ਤੇ ਕੀ ਕਹਿਣਾ ਚਾਹੋਗੇ, ਕਿੰਨੇ ਸਰਪੰਚ ਉਧਰ ਮੌਜੂਦ ਸੀ ਕਿ ਜਿਹੜੀ ਵਾਇਰਲ ਹੋ ਰਹੀ ਵੀਡੀਓ? ਉਹਦੇ ਚ ਗੱਲ ਇਹ ਆ ਜੀ, ਦੇਖੋ ਮੈਂ ਮੀਡੀਆ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਜਿਹੜੀ ਇਹ ਗੱਲ ਆ ਸਾਡੇ ਹੱਕ ਦੀ ਗੱਲ ਆ ਉਹ ਦਿੱਲੀ ਦਰਬਾਰ ਤੱਕ ਪੁੱਜੀ ਆ, ਤੁਹਾਡਾ ਹੀ ਸਾਰਿਆਂ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਗਈ ਹੈ। ਔਰ ਇੱਥੇ ਗੱਲ ਦੱਸਣਯੋਗ ਬਣਦੀ ਹੈ, ਜਿਹੜਾ ਉੱਥੇ ਕੱਲ੍ਹ ਇਕੱਠ ਹੋਇਆ ਉਹਦੇ ਵਿੱਚ 3 ਤੋਂ 4 ਸਰਪੰਚ ਸੀ। ਤੁਸੀਂ ਹੁਣ ਜਿਵੇਂ ਤੁਹਾਡੇ ਸਾਹਮਣੇ ਪਰੇਡ ਹੋਈ ਆ, ਤੁਸੀਂ ਪੁੱਛਿਆ ਕਿ ਵੀ ਹਾਂਜੀ ਕਿਹੜੇ ਪਿੰਡ ਤੋਂ ਸਰਪੰਚ ਆ, ਮੈਂ ਇੱਥੇ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਜਦੋਂ ਉੱਥੇ ਉਹ ਹੋਇਆ ਸੀਗਾ, ਜੇ ਕਿਤੇ ਉੱਥੇ ਤੁਸੀਂ ਇਹ ਚੀਜ਼ ਉੱਥੇ ਵੀ ਪੁੱਛੀ ਜਾਂਦੀ ਤਾਂ ਮੇਰੇ ਮੁਤਾਬਕ ਉੱਥੇ ਹੀ ਕਲੀਅਰ ਹੋ ਜਾਣੀ ਸੀਗੀ, ਮੌਜੂਦਾ ਸਰਪੰਚ ਸਾਈਡ 'ਤੇ ਹੋ ਜੂ ਨਾ ਲੈਣ ਦੇ। ਉੱਥੇ ਲੈ ਤੇ 28, ਪਹਿਲੀ ਗੱਲ ਤਾਂ ਉੱਥੇ 28 ਬੰਦੇ ਹੀ ਮਸਾਂ ਹੀ ਹੋਣੇ ਆ, ਉਹ ਬੰਦੇ ਨਹੀਂ ਸੀ 28। ਹੁਣ ਜਿਵੇਂ ਮਾਲ 10 ਤੋਂ 12 ਬੰਦੇ ਤਕਰੀਬਨ ਫਾਈਨਲ ਹੈ, ਉਹ ਦਿਨ ਸੀਐਮ ਸਾਹਿਬ ਐਸੇ ਅਨਾਉਂਸ ਕਰ ਗਏ ਮੀਡੀਆ ਦੇ ਅੱਗੇ, ਤੇ ਤੁਹਾਡਾ ਕੀ ਕਹਿਣਾ ਜੀ? ਨਹੀਂ ਸਾਨੂੰ ਕੱਲ ਸੀਐਮ ਸਾਹਿਬ ਨੂੰ, ਅਸੀਂ MLA ਸਾਹਿਬ ਦੇ ਨਾਲ ਸਾਰੇ ਸਰਪੰਚ ਕਾਰਪੋਰੇਸ਼ਨ ਦੇ ਕੌਂਸਲਰ ਸਾਹਿਬਾਨ ਸੀਗੇ, ਮਾਰਕੀਟ ਕਮੇਟੀ ਦੇ ਸਾਡੇ ਵਾਈਸ ਚੇਅਰਮੈਨ ਸੀ, ਚੇਅਰਮੈਨ ਸਾਹਿਬ ਸੀਗੇ, ਮਹਿਲਾ ਵਿੰਗ ਦੇ ਪ੍ਰਧਾਨ ਸੀ, ਹੋਰ ਵੀ ਸਾਰੇ ਅਹੁਦੇਦਾਰ ਸੀਗੇ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ, ਉਹ ਕਹਿੰਦੇ ਲਿਸਟ ਆਪਣਾ ਕੈਂਡੀਡੇਟ ਕੋਈ ਨਹੀਂ ਅਸੀਂ ਡਿਕਲੇਅਰ ਕੀਤਾ, ਅਸੀਂ ਉਹ ਫਾਈਨਲ ਕਰਾਂਗੇ, ਵਿਨੇਬਿਲਟੀ ਦੇਖੀ ਜਾਊਗੀ, ਮੈਰਿਟ ਦੇਖੀ ਜਾਊਗੀ। ਅਸੀਂ ਉੱਥੇ ਉਹਨਾਂ ਨੂੰ ਆਪਦਾ ਜਿਹੜਾ ਸਾਡਾ ਹਲਕੇ ਦਾ ਪਿੰਡਾਂ ਦਾ ਸ਼ਹਿਰ ਦਾ ਜਿਹੜਾ ਰੁਝਾਨ ਸੀ, ਜਿਹੜੀ ਅਪੀਲ ਸੀ, ਉਹਨਾਂ ਦੇ ਸਾਹਮਣੇ ਅਸੀਂ ਕਰਕੇ ਆਏ। ਜੇਕਰ ਨਹੀਂ ਟਿਕਟ ਮਿਲਦੀ ਜੀ, ਸਪੋਰਟ ਕਰ ਲਓ, ਮਾਲ ਕਾਰੋ ਕਨਫਰਮ ਕਰ ਦਿੰਦੇ ਹੋ, ਤੁਹਾਡਾ ਕੀ ਐਕਸ਼ਨ ਹੋਵੇ? ਅਸੀਂ ਜੀ ਤੁਹਾਨੂੰ ਮੈਂ ਪਹਿਲੇ ਦੱਸਤਾ ਵੀ ਡਾਕਟਰ ਹਰਜੋਤ ਕਮਲ MLA ਸਾਹਿਬ ਜੋ ਸਾਨੂੰ ਹੁਕਮ ਕਹਿਣ ਲਾਉਣਗੇ ਅਸੀਂ ਉਹਨਾਂ ਦੇ ਨਾਲ। ਅਸੀਂ ਕੱਲ੍ਹ ਉਹ ਸੀ ਐੱਮ ਸਾਹਿਬ ਕੋਲ ਵੀ ਲੈ ਗਏ ਹਾਂ ਜੀ, ਸੀਐਮ ਸਾਹਿਬ ਨੂੰ ਵੀ ਅਸੀਂ ਉਹ ਦਿਖਾ ਦਿੱਤੀਆਂ ਵੀ ਆਹ ਲਓ ਜੀ ਸਾਡੇ ਅਸਤੀਫੇ ਲੈ ਲਓ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਤੁਸੀਂ ਇੰਨੀ ਜਲਦਬਾਜ਼ੀ ਨਾ ਕਰੋ, ਤੁਸੀਂ 1-2 ਦਿਨ ਵੇਟ ਕਰੋ। ਅਸੀਂ ਉਹਨਾਂ ਦੇ ਜਿਹੜੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਉਹਨਾਂ ਦੇ ਖੜੇ ਉਹ ਜਿਹੜਾ ਸਾਡਾ ਸਾਰਿਆਂ ਨੇ ਅਸਤੀਫੇ ਦਿੱਤੇ ਉਹ ਪਾਰਟੀ ਤੋਂ ਅਸਤੀਫੇ ਦਿੱਤੇ ਆ, ਤੁਸੀਂ ਮੌਜੂਦਾ ਸਰਪੰਚ ਰਹੋਗੇ, ਪਾਰਟੀ ਹੋਰ ਬਦਲੋ, ਪਾਰਟੀ ਬਦਲਾਂਗੇ। ਜੇ ਮੰਨ ਲਓ ਸਿਆਸੀ ਗਲਿਆਰੇ ਜਿਵੇਂ ਚਰਚਾਵਾਂ ਨੇ ਕਿ ਭਾਜਪਾ ਜੁਆਇਨ ਕਰ ਸਕਦੇ ਆ ਹਰਜੋਤ ਕਮਲ ਸਾਹਿਬ, ਤੁਸੀਂ ਆਪਦੇ ਵਰਕਰਾਂ ਨੂੰ ਕਿਵੇਂ ਕਹੋਗੇ ਵੀ ਤੁਸੀਂ ਭਾਜਪਾ ਨੂੰ ਵੋਟ ਪਾਓ? ਦੇਖੋ ਜੀ ਪਹਿਲਾਂ ਤਾਂ ਇਹ ਜਲਦਬਾਜ਼ੀ ਹੋਊਗੀ, ਇਸ ਵਾਸਤੇ ਅਸੀਂ ਤੁਹਾਨੂੰ ਕੋਈ ਫੈਸਲਾ ਦੇਈਏ, ਸਾਨੂੰ ਪਹਿਲਾਂ MLA ਸਾਹਿਬ ਨੂੰ ਦੇਖਣ ਤੋਂ ਕੀ ਕਰਦੇ ਆ, ਜੋ ਉਹਨਾਂ ਨੇ ਸਾਨੂੰ ਹੁਕਮ ਲਾਤਾ ਉਸ ਤੋਂ ਬਾਅਦ ਅਸੀਂ ਆਪਦਾ ਜੋ ਸਾਡਾ ਪ੍ਰੋਸੈਸ ਹੋਊਗਾ ਕਿਵੇਂ ਅਸੀਂ ਉਹਨੂੰ ਅੱਗੇ ਕਵਰੇਜ ਨੂੰ ਕਰਨਾ ਅਸੀਂ ਉਵੇਂ ਕਰਾਂਗੇ। 1-2 ਦਿਨ ਟਾਈਮ ਦਿਓ ਜੀ ਸਾਨੂੰ MLA ਸਾਹਿਬ ਦਾ, ਜਿਵੇਂ ਉੱਤੋਂ ਮੈਸੇਜ ਕੋਈ ਆਊਗਾ ਅਸੀਂ ਤੁਹਾਡੇ ਮੀਡੀਆ ਦੇ ਰੂਬਰੂ ਕਰਾਂਗੇ।